ਦੇਖੋ ਜੀ 16/6/2016 ਦੀ ਗੱਲ ਹੈ। ਮੇਰਾ ਮੈਡੀਕਲ ਸਟੋਰ ਕਾਮੰਡੀ, ਮੈਂ ਆਪਦੀ ਦੁਕਾਨ ਮੰਗਲ ਕਰਕੇ ਘਰ ਜਾ ਰਿਹਾ ਸੀ। ਰਾਤ ਨੂੰ ਕਰੀਬ 10 ਵਜੇ ਦਾ ਟਾਈਮ ਸੀ ਅਤੇ ਮੇਰੇ 'ਤੇ 3 ਬੰਦਿਆਂ ਨੇ ਹਮਲਾ ਕਰਤਾ ਸੀ। ਉਸ ਹਮਲੇ ਦੇ ਵਿੱਚ ਮੇਰੇ ਕੋਲ ਉਹਨਾਂ ਨੇ ਮੇਰਾ ਕੈਸ਼ ਵਾਲਾ ਬੈਗ, ਜਿਹਦੇ ਵਿੱਚ 2-2.5 ਲੱਖ ਰੁਪਏ ਦੀ ਰਕਮ ਹੈਗੀ ਸੀ, ਉਹ ਖੋ ਕੇ ਮੇਰੇ ਕੋਲ ਲੈ ਗਏ ਸੀ। ਅਤੇ ਉਹਨਾਂ ਦੇ ਮੇਰੇ 'ਤੇ ਕਾਪਾ ਅਤੇ ਮੇਰੇ ਨਾਲ ਮੇਰਾ 5-80 ਸਾਈਜ਼ ਜਸੂਜਾ, ਉਹਨਾਂ ਨੇ ਗੋਲੀ ਦਾ ਵਾਰ ਕਰਤਾ ਸੀ। ਮੈਨੂੰ ਜਿਵੇਂ ਹੀ ਮੇਰੇ ਸੱਟਾਂ ਵੱਜੀਆਂ ਅਤੇ ਮੈਨੂੰ ਫਾਜ਼ਿਲਕਾ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਅਤੇ ਮੇਰੇ 5 ਸਾਈਜ਼ ਜਸੂਜਾ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਸਿਵਲ ਹਸਪਤਾਲ ਦੇ ਵਿੱਚ ਸਾਡੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਸਾਨੂੰ ਫਰੀਦਕੋਟ ਰੈਫਰ ਕਰ ਦਿੱਤਾ ਡਾਕਟਰ ਸਾਹਿਬ ਨੇ। ਫਰੀਦਕੋਟ ਤੋਂ ਸਾਡਾ ਇਲਾਜ ਸਹੀ ਨਾ ਹੋਣ ਕਰਕੇ ਸਾਨੂੰ ਉੱਥੋਂ ਮੈਨੂੰ ਅੰਮ੍ਰਿਤਸਰ ਦੇ ਵਿੱਚ ਅਮਨਦੀਪ ਹੋਸਪਿਟਲ ਵਿੱਚ ਅਤੇ ਸਾਹਿਲ ਜਸੂਜਾ ਜੀ ਨੂੰ DMC ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸਾਡਾ ਇਲਾਜ ਕੰਟੀਨਿਊ ਉੱਥੇ ਚੱਲਿਆ। ਉਸ ਤੋਂ ਬਾਅਦ ਸਾਡਾ ਕੇਸ ਇਹਨਾਂ ਨਾਲ ਅਦਾਲਤ ਵਿੱਚ ਚੱਲਦਾ ਰਿਹਾ 2016 ਦਾ। ਅਦਾਲਤ ਨੇ ਜੋ ਫੈਸਲਾ ਹੈ ਇਹਨਾਂ ਨੂੰ 10-10 ਸਾਲ ਦੀ ਸਜ਼ਾ। ਮੈਂ ਅਦਾਲਤ, ਮਾਨਯੋਗ ਅਦਾਲਤ ਦਾ ਤਹਿ ਦਿਲੋਂ ਧੰਨਵਾਦ ਕਰਨਾ ਅਤੇ ਪੰਜਾਬ ਪੁਲਿਸ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ। ਦੇਖੋ, ਜਿਸ ਬੰਦੇ ਨੇ ਗਲਤ ਕੰਮ ਕੀਤਾ ਹੈ ਉਹਨੂੰ ਸਜ਼ਾ ਤਾਂ ਜ਼ਰੂਰ ਦੇਣੀ ਚਾਹੀਦੀ ਹੈ। ਮੈਂ ਮਾਨਯੋਗ ਅਦਾਲਤ ਅਤੇ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਨਾ ਅਤੇ ਜਿਨ੍ਹਾਂ ਨੇ ਇਹਨਾਂ ਨੂੰ ਆਪਣੀ ਸਲਾਖਾਂ ਦੇ ਵਿੱਚ ਭੇਜਿਆ ਹੈ। ਤੁਹਾਡੇ ਧਿਆਨ 'ਚ ਹੋਏਗਾ 16/6/2016 ਨੂੰ ਕਰੀਬ ਰਾਤ ਵੇਲੇ 10:30-11 ਵਜੇ ਭਾਰਤ ਮੈਡੀਕਲ ਵਾਲਾ ਫਾਜ਼ਿਲਕਾ ਕਾਮੰਡੀ ਦੇ ਨੇੜੇ, ਉੱਥੋਂ 3 ਜਣਿਆਂ ਨੇ ਭਾਰਤ ਮੈਡੀਕਲ ਦੇ ਜਿਹੜੇ ਹੈਗੇ ਨੇ ਆਪਣਾ ਲਵਲੀ ਠਕਰਾਲ ਅਤੇ ਸਾਹਿਲ ਜਸੂਜਾ ਨੂੰ ਸੱਟਾਂ ਮਾਰ ਕੇ ਖੋਹ ਕੀਤੀ ਸੀਗੀ ਰਕਮ ਦੀ। ਉਹ ਰਕਮ ਦੇ ਬਾਰੇ ਕੇਸ ਥਾਣਾ ਸਿਟੀ ਫਾਜ਼ਿਲਕਾ 'ਚ FIR No. 50 ਡੇਟਿਡ 17/7/16 ਨੂੰ 307-392 ਵਗੈਰਾ ਖਿਲਾਫ਼ ਦਰਜ ਹੋਇਆ ਸੀਗਾ। ਉਸ ਕੇਸ ਦੀ ਅਦਾਲਤ ਵੀ ਚੱਲਿਆ। ਉਸ ਕੇਸ 3 ਜਣਿਆਂ ਖਿਲਾਫ਼ ਤਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਨਿਰਵੈਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀਆਂ ਬਾਂਡੀਵਾਲਾ ਅਤੇ ਤੇਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜੰਡਵਾਲਾ ਖਰਤਾ, ਇਹਨਾਂ ਤਿੰਨਾਂ ਦੇ ਖਿਲਾਫ਼ ਦਰਜ ਹੋਇਆ ਸੀ। ਇਹ ਤਿੰਨਾਂ ਨੂੰ ਪੁਲਿਸ ਨੇ ਜਦੋਂ ਅਰੈਸਟ ਕੀਤਾ, ਇਹਨਾਂ ਕੋਲ ਇਸ ਕੇਸ ਦੀ ਬਰਾਮਦਗੀ ਵੀ ਹੋਈ ਸੀ। ਜਿਹੜੀ ਭਾਰਤ ਮੈਡੀਕਲ ਸਟੋਰ ਦੇ ਬਿੱਲ ਬੁੱਕਾਂ, ਉਹ ਵੀ ਇਹਨਾਂ ਕੋਲ ਬਰਾਮਦ ਹੋਈਆਂ ਸੀਗੀਆਂ। ਉਸ ਤੋਂ ਬਾਅਦ ਕੇਸ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਦੀ ਅਦਾਲਤ ਵਿੱਚ ਫਾਜ਼ਿਲਕਾ ਚੱਲਦਾ ਰਿਹਾ। ਉਸ ਕੇਸ ਦੀ ਅਦਾਲਤ, ਮਾਣਯੋਗ ਅਦਾਲਤ ਨੇ ਦੋਨਾਂ ਘਰਾਂ ਦੀ ਬਹਿਸ, ਦੋਨਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਇਸ ਕੇਸ ਵਿੱਚ ਇੱਕ ਜਣਾ ਦੇ PO ਹੋ ਗਿਆ, ਠੀਕ ਹੈ। ਬਾਕੀ 2 ਜਣੇ ਨੂੰ ਇਹਦੇ ਸਜ਼ਾ ਦਾ ਹੁਕਮ ਕੀਤਾ, 10 ਸਾਲ ਸਜ਼ਾ ਦਾ ਹੁਕਮ ਕੀਤਾ। ਇਹਦੇ ਵਿੱਚ ਇੱਕ PO ਹੋ ਗਿਆ ਅਤੇ 2 ਜਣੇ, ਇੱਕ ਤਾਂ ਤੇਜਿੰਦਰ ਸਿੰਘ ਸੀਗਾ, ਤੇਜਿੰਦਰ ਸਿੰਘ ਹਾਜ਼ਰਾ, ਦੂਸਰਾ ਜਿਹੜਾ ਮੁਲਜ਼ਮ ਸੀਗਾ ਉਹ ਆਲਰੇਡੀ ਕੇਸ ਵਿੱਚ ਬੰਦ ਹੈਗਾ, NDPS ਦੇ ਕੇਸ ਵਿੱਚ ਜੇਲ੍ਹ 'ਚ ਹੈਗਾ, ਉਸਨੂੰ ਵੀ ਸਜ਼ਾ ਹੋਈ ਹੈ। ਇੱਕ ਜਣਾ PO ਹੋ ਗਿਆ ਇਹਦੇ ਵਿੱਚ। ਕਹਿੰਦੇ PO ਤਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਹੈ ਜੀ, ਉਹਦਾ ਭਰਾ ਜਿਹੜਾ ਹੈਗਾ ਨਰਵੈਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬਾਂਡੀਵਾਲਾ ਅਤੇ ਤੇਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜੰਡਵਾਲਾ ਖਰਤਾ, ਦੋਨਾਂ ਨੂੰ ਸਜ਼ਾ ਹੋਈ ਹੈ। ਵਾਰਦਾਤ ਇਹ ਸੀਗੀ ਕਿ 16/6/2016 ਨੂੰ ਰਾਤ 10:45 ਭਾਰਤ ਮੈਡੀਕਲ ਸਟੋਰ ਫਾਜ਼ਿਲਕਾ ਅਗਰਸੈਨ ਚੌਂਕ 'ਚ ਹੈ, ਉਹਦੇ ਮਾਲਕ ਲਵਲੀ ਠਕਰਾਲ ਸਮੇਤ ਉਹਨਾਂ ਦੇ ਜਿਹੜਾ ਦੁਕਾਨ 'ਤੇ ਕੰਮ ਕਰਦਾ ਸਾਹਿਲ ਜਸੂਜਾ ਪੁੱਤਰ ਸੁਰਿੰਦਰ ਜਸੂਜਾ, ਉਹਨੂੰ ਨਾਲ ਲੈ ਕੇ ਦੁਕਾਨ ਬੰਦ ਕਰਕੇ ਨਿਕਲਣ ਲੱਗੇ। ਉਹਦਾ ਪਿਓ ਮੰਗਤ ਰਾਮ ਠਕਰਾਲ, ਲਵਲੀ ਠਕਰਾਲ ਦਾ ਪਿਓ ਵੀ ਉੱਥੇ ਹਾਜ਼ਰ ਸੀਗਾ। 3 ਜਣੇ ਇਹ ਮੋਟਰਸਾਈਕਲ 'ਤੇ ਆਏ, ਇਹਨਾਂ ਨੇ ਸਭ ਤੋਂ ਪਹਿਲੇ ਬੈਗ ਖੋਇਆ, ਬੈਗ ਦੇ 2.5 ਲੱਖ ਰੁਪਇਆ ਸੀਗਾ ਜਿਹੜੀ ਉਸ ਦਿਨ ਦੁਕਾਨ ਦੀ ਵੱਟਤ ਸੀਗੀ ਇਹਨਾਂ ਕੋਲ, ਅਤੇ ਨਾਲ ਉਹਨਾਂ ਕੋਲ ਜਿਹੜੇ ਬਿੱਲ ਬੁੱਕਾਂ ਸੀਗੀਆਂ ਖੋਹ ਲਈਆਂ ਇਹਨਾਂ ਨੇ। ਖੋਹ ਕੇ ਜਦੋਂ ਉਹਨਾਂ ਨੇ ਰੋਕਿਆ ਤਾਂ ਲਵਲੀ ਠਕਰਾਲ ਨੂੰ ਸੱਟਾਂ ਮਾਰੀਆਂ ਇਹਨਾਂ ਨੇ, ਲਵਲੀ ਠਕਰਾਲ ਦੇ ਇਹਨਾਂ ਨੇ ਕਾਪੇ ਨਾਲ, ਠੀਕ ਹੈ, ਸੱਟ ਮਾਰੀ, ਉਹਦੀ ਬਾਂਹ 'ਤੇ ਵੱਜੀ ਸੱਟ, ਠੀਕ ਹੈ।
ਉਸੇ ਤਰ੍ਹਾਂ ਹੀ ਜਦੋਂ ਸਾਹਿਲ ਜਿਹੜਾ ਭੱਜ ਕੇ ਉਹਨੂੰ ਫੜਨ ਲੱਗਾ ਜਿਹੜਾ ਜਿਹੜਾ ਬੈਗ ਖੋਲ ਰਿਹਾ ਸੀ ਤਾਂ ਉਹਦੇ ਸਾਹਿਲ ਦੇ ਪੇਟ 'ਚ ਉਹਨਾਂ ਨੇ ਗੋਲੀ ਮਾਰੀ ਸੀਗੀ ਨਿਰਵੈਰ ਸਿੰਘ ਨੇ। ਠੀਕ ਹੈ, ਜਿਹੜਾ ਤਲਵਿੰਦਰ ਸਿੰਘ ਮੋਟਰਸਾਈਕਲ 'ਤੇ ਬੈਠਾ ਫਾਇਰ ਕਰਦਾ ਰਿਹਾ, ਉੱਥੋਂ ਨਾਲ ਵੀ ਇਹਨਾਂ ਆਦਿ ਭੱਜਣ ਸਾਥੀਆਂ ਮਦਦ ਕੀਤੀ, ਨਾਲ ਤਿੰਨੋਂ ਜਾਣੇ ਇਕੱਠਾ ਜਾਣਿਆਂ ਨੇ ਇਹਨਾਂ ਨੇ ਆ ਕੇ ਇਹਨਾਂ ਨੇ ਇਹ ਸਨੈਚਿੰਗ ਕੀਤੀ ਅਤੇ ਉਸ ਤੋਂ ਬਾਅਦ ਸੱਟਾਂ ਵੀ ਮਾਰੀਆਂ, ਜਾਨ ਤੋਂ ਮਾਰਨ ਦੀ ਨੀਂਦ ਨਾਲ ਗੋਲੀ ਵੀ ਮਾਰੀ ਉਹਦੇ ਪੇਟ 'ਚ। ਉਸ ਤੋਂ ਬਾਅਦ ਸਾਹਿਲ ਦੇ ਕਾਫੀ ਓਪਰੇਸ਼ਨ ਹੋਏ, ਡੀ ਐਮ ਸੀ ਲੁਧਿਆਣਾ 'ਚ ਬੜਾ ਕ੍ਰਿਟੀਕਲ ਰਿਹਾ। ਲਵਲੀ ਛਕਰਾਲ ਹੈ, ਉਹਦੀ ਵੀ ਬਾਜੂ ਦੀ ਪਲਾਸਟਿਕ ਸਰਜਰੀ ਹੋਈਆਂ, ਕਾਫੀ ਜਗ੍ਹਾ ਤੋਂ ਹੋਈਆਂ। ਤੋ ਇਹ ਇਨ ਟੋਟਲ ਇਹ ਬੜੀ ਵੱਡੀ ਇੱਕ ਵਾਰਦਾਤ ਫਾਜ਼ਿਲਕਾ ਦੇ ਵਿੱਚ ਹੋਈ ਸੀ, ਜਿਹੜੀ ਉਸ ਟਾਈਮ ਬੜਾ ਅਲਾਰਮਿੰਗ ਸਿਚੁਏਸ਼ਨ ਸੀਗੀ ਬਹੁਤ ਜ਼ਿਆਦਾ, ਕਿਉਂਕਿ ਸਾਰੇ ਇੱਕ ਸਦਮੇ 'ਚ ਆ ਗਏ ਸੀ ਕਿ ਵਪਾਰੀ ਵਰਗ ਵੀ ਰਾਤ ਦੇ ਟਾਈਮ 'ਤੇ ਮਤਲਬ ਕਿ ਇਸ ਤਰ੍ਹਾਂ ਹੋਣਾ। ਲੇਕਿਨ ਪੁਲਿਸ ਥਾਣਾ ਸਿਟੀ ਫਾਜ਼ਿਲਕਾ ਨੇ ਆਪਦੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਮੁਲਜ਼ਮਾਂ ਨੂੰ ਅਰੈਸਟ ਕੀਤਾ। ਇਸੇ ਮੁਲਜ਼ਮਾਂ ਨੇ ਪਹਿਲੇ ਇੱਕ ਹੋਰ ਵਾਰਦਾਤ ਕੀਤੀ ਸੀਗੀ ਥਾਣਾ ਸਦਰ ਫਾਜ਼ਿਲਕਾ 'ਚ ਵੀ, ਉਸ ਵਿੱਚ ਇਹਨਾਂ ਨੇ ਦੇਸਰਾ ਸਰਪੰਚ ਸੀਗਾ ਜੰਡਵਾਲਾ ਮੀਰਾ ਸਾਂਗਲਾ ਉਹਦੇ ਕੋਲ ਖੋਹ ਕੀਤੀ ਸੀਗੀ, ਉਸ ਵੀ ਬਰਾਮਦਗੀ ਹੋਈ ਸੀਗੀ। ਫਿਰ ਇਹਨਾਂ ਦੇ ਖਿਲਾਫ਼ ਇੱਕ ਐਨ ਡੀ ਪੀ ਐਸ ਦਾ ਕੇਸ ਵੀ ਦਰਜ ਹੋਇਆ ਸੀ, ਉਸ ਵੀ ਸਜ਼ਾ ਹੋਏ ਨੇ। ਸੋ ਇੱਕ ਇਹ ਟਰੈਕ ਰਿਕਾਰਡ ਇਹਨਾਂ ਦਾ ਉਹੋ ਜਿਹਾ ਸੀਗਾ। ਉਹਦੇ ਅਕੋਰਡਿੰਗਲੀ ਮਾਣਯੋਗ ਅਦਾਲਤ ਨੇ ਸਾਰਾ ਇਹਨਾਂ ਜਿਹੜੀ ਪ੍ਰੋਸੀਕਿਊਸ਼ਨ ਦੀ ਕੰਪਲੇਨਟ ਦੀ ਸਾਰਿਆਂ ਦੀ ਇਹਨਾਂ ਜਗ੍ਹਾ ਨੂੰ ਸਾਰੀ ਜਿਹੜੇ ਉਹ ਡਾਕੂਮੈਂਟ ਸੀਗੇ ਉਹਨਾਂ ਗਵਾਹੀਆਂ ਨੂੰ ਵੇਖਦੇ ਹੋਏ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਮੁਤਾਬਕ ਕਾਨੂੰਨ ਯੋਗਦਾਨ ਦਿੱਤਾ। ਦੇਖੋ ਇਸ ਗੱਲ 'ਚ, ਕਿਉਂਕਿ ਇੱਕ ਤਾਂ ਮੈਡੀਕਲ ਰਿਕਾਰਡ ਬੜਾ ਸਟਰੋਂਗ ਰਿਕਾਰਡ ਸੀਗਾ, ਮੈਡੀਕਲ ਰਿਕਾਰਡ ਇਸ ਡਾਕਟਰ ਜਿਹਨਾਂ ਨੇ ਇਲਾਜ ਕੀਤਾ, ਸਭ ਤੋਂ ਪਹਿਲਾਂ ਉਹਨੂੰ ਫਾਜ਼ਿਲਕਾ ਹੋਸਪਿਟਲ ਲੈ ਗਏ ਸੀ, ਉੱਥੋਂ ਨੂੰ ਫਰੀਦਕੋਟ ਰੈਫਰ ਕਰਦੇ ਸੀ। ਫਰੀਦਕੋਟ ਤੋਂ ਬਾਅਦ ਕਿਉਂਕਿ ਸਾਹਿਲ ਦੇ ਪੇਟ 'ਚ ਗੋਲੀ ਵੱਜੀ ਸੀਗੀ, ਉਸਨੂੰ ਡੀ ਐਮ ਸੀ ਰੈਫਰ ਕੀਤਾ ਸੀਗਾ। ਡੀ ਐਮ ਸੀ ਉਸਦਾ ਇਲਾਜ ਹੁੰਦਾ ਰਿਹਾ, ਉਹਦੇ ਪੇਟ ਦੇ ਓਪਰੇਸ਼ਨ ਹੋਏ ਕਾਫੀ ਦੇਰ, ਉਹ ਜੇਰੇ ਇਲਾਜ ਰਿਹਾ ਉਹਦੇ ਉਹਨੇ ਡਿਟੇਲ ਉਹਦੇ ਬਿਆਨਾਂ ਦੇ ਵਿੱਚ ਸਾਰੇ ਤਿੰਨੋਂ ਮੁਲਜ਼ਮਾਂ ਦੇ ਨਾਮਜ਼ਦ ਹੋਏ ਸੀਗੇ, ਤਿੰਨੋਂ ਮੁਲਜ਼ਮਾਂ ਦੇ, ਕਿਉਂਕਿ ਇਹਨਾਂ ਪਹਿਲੇ ਮੂੰਹ ਬੰਨੇ ਹੋਏ ਸੀ। ਜਦੋਂ ਸਾਹਿਲ ਭੱਜ ਕੇ ਇਹਨਾਂ ਨੂੰ ਫੜਨ ਲੱਗਾ ਉਹਨਾਂ ਮੂੰਹ ਤੋਂ ਰੁਮਾਲ ਉਤਰ ਗਏ, ਉਹਨਾਂ ਨੇ ਪੇਟ 'ਚ ਗੋਲੀ ਵੀ ਮਾਰੀ, ਹੋਰ ਫਾਇਰ ਵੀ ਕੀਤੇ। ਉਸ ਕਰਕੇ ਇਹ ਸਾਰਿਆਂ ਨੂੰ ਅਲਾਰਮਿੰਗ ਸਿਚੁਏਸ਼ਨ ਸੀਗੀ ਸਾਰਿਆਂ ਵਾਸਤੇ, ਬੜੇ ਲੋਕ ਇੱਕ ਲੋਕਾਂ 'ਚ ਬੜਾ ਖੌਫ ਸੀਗਾ ਇਸ ਗੱਲ ਦਾ। ਲੇਕਿਨ ਪੁਲਿਸ ਦੀ ਥੈਂਕਫੁਲ ਆ ਕਿ ਮੌਕੇ ਸਿਰ ਪੁਲਿਸ ਨੇ ਸਾਰਾ ਕੁਛ ਆਪਦੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਪੁਲਿਸ ਨੇ ਦੋਸ਼ੀਆਂ ਨੂੰ ਪਕੜਿਆ ਅਤੇ ਪਕੜ ਕੇ ਤੋਂ ਅੱਗੇ ਫੜਦਰ ਨੇ ਬਰਾਮਦਗੀ ਹੋਈ ਆ, ਜਿਹੜੀ ਇਹਨਾਂ ਕੋਲ ਕੁਛ ਥਾਣਾ ਸਦਰ ਫਾਜ਼ਿਲਕਾ ਨੇ ਬਰਾਮਦਗੀ ਕੀਤੀ ਸੀਗੀ, ਥਾਣਾ ਸਿਟੀ ਫਾਜ਼ਿਲਕਾ ਨੇ ਇਹਦੇ 'ਚ 15-15 ਹਜ਼ਾਰ ਰੁਪਏ ਦੀ ਬਰਾਮਦਗੀ ਕੀਤੀ ਦੋਨਾਂ ਕੋਲ, ਭਰਾਵਾਂ ਕੋਲ ਅਤੇ ਹੋਰ ਤੇਜਿੰਦਰ ਕੋਲ ਵੀ 15 ਹਜ਼ਾਰ ਦੀ ਬਰਾਮਦਗੀ ਕੀਤੀ, ਨਾਲੇ ਬਿੱਲ ਬੁੱਕਾਂ ਬਰਾਮਦ ਕੀਤੀਆਂ, ਉਹ ਬੈਗ ਬਰਾਮਦ ਕੀਤਾ ਸਾਰਾ ਕੁਛ ਉਹਦੇ ਅਕੋਰਡਿੰਗਲੀ, ਕਿਉਂਕਿ ਇਹ ਡਾਇਰੈਕਟ ਕਨੈਕਟ ਹੋ ਗਏ ਸੀ। ਜਿਹੜੀ ਖੋਹ ਦਾ ਸਮਾਨ ਦੋਸ਼ੀਆਂ ਕੋਲ ਮਿਲਣਾ ਇਹ ਸਾਬਤ ਕਰਦਾ ਕਿ ਇਹਨਾਂ ਨੇ ਵਾਰਦਾਤ ਕੀਤੀ ਸੀ। ਫਿਰ ਜਿਹੜੀ ਅਦਾਲਤ 'ਚ ਗਵਾਹੀ ਹੋਈ ਉਹਦੇ ਸ਼ਨਾਖਤ ਕੀਤੀ ਸੀ ਸਾਰੇ ਜਾਣੇ ਨੇ ਕਿ ਇਹੀ ਬੰਦੇ ਸੀਗੇ। ਉਹਦੇ ਮੁਤਾਬਕ ਸਾਰਿਆਂ ਨੂੰ ਦੇਖ ਕੇ ਮਾਨਯੋਗ ਅਦਾਲਤ ਨੇ ਜੋ ਸਫ਼ਾ ਮਿਸਲ 'ਤੇ ਜੋ ਕਾਗਜ਼ਾਤ ਸੀਗੇ, ਜੋ ਗਵਾਹੀਆਂ ਸੀਗੀਆਂ, ਕਹਿੰਦੇ ਗਵਾਂ ਦੀ ਕਾਰਗੁਜ਼ਾਰੀ ਹੈ, ਗਵਾਂ ਨੇ ਨਿਟਾਰ ਹੋ ਕੇ ਬਿਨਾਂ ਕਿਸੇ ਡਰ ਦੇ ਉਹਨਾਂ ਨੇ ਇਹਨਾਂ ਖਿਲਾਫ਼ ਗਵਾਹੀਆਂ ਦਿੱਤੀਆਂ। ਹੋਰ ਵੀ ਜਿਹੜੇ ਗਵਾਹ ਸੀਗੇ, ਡਾਕਟਰ ਭੁਗਤਾਏ, ਪੁਲਿਸ ਵਾਲੇ ਗਵਾਹ ਹੋਏ ਸਾਰੇ, ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਮਾਨਯੋਗ ਅਦਾਲਤ ਨੇ ਮੁਤਾਬਕ ਕਾਨੂੰਨ ਯੋਗਦਾਨ ਦਿੱਤਾ। ਕਿੰਨੀ ਸਜ਼ਾ ਹੋਈ? 10 ਸਾਲ ਦੀ ਸਜ਼ਾ ਹੋਈ, ਕਿਉਂਕਿ ਕਾਫੀ ਸਾਰੇ ਜੁਰਮ ਸੀਗੇ ਇਹਦੇ 'ਚ ਨਾ, ਇਹਦੇ ਜੁਰਮਾਂ ਦੇ ਅਕੋਰਡਿੰਗਲੀ ਉਹਨਾਂ ਨੇ ਇਹਦੀ ਸਜ਼ਾ ਕੀਤੀ ਹੈ। ਇਹਦੇ 'ਚ ਜਿਹੜਾ ਨਿਰਵੈਰ ਸਿੰਘ ਹੈ ਉਹਨੂੰ 307 ਦੇ 'ਚ 10 ਸਾਲ ਸਜ਼ਾ, 15 ਹਜ਼ਾਰ ਜੁਰਮਾਨਾ, ਜਿਹੜੀ ਖੋਹ ਕਰਨ ਦੇ 399-34 ਜੁਰਮ ਵਿੱਚ ਉਹਦੇ 15 ਹਜ਼ਾਰ ਰੁਪਏ ਜੁਰਮਾਨਾ, 10 ਸਾਲ ਦੀ ਸਜ਼ਾ, 394 'ਚ ਵੀ ਉਹਨੂੰ 10 ਸਾਲ ਦੀ ਸਜ਼ਾ ਅਤੇ 15 ਹਜ਼ਾਰ ਜੁਰਮਾਨਾ, ਇਸ ਤਰ੍ਹਾਂ 45 ਹਜ਼ਾਰ ਰੁਪਏ ਜੁਰਮਾਨਾ ਹਰ ਇੱਕ ਮੁਲਜ਼ਮ ਨੂੰ, ਦੋਨਾਂ ਮੁਲਜ਼ਮਾਂ ਨੂੰ, ਅਤੇ 10-10 ਸਾਲ ਸਜ਼ਾ ਕੀਤੀ। ਜੇ ਕਿਸੇ ਨੂੰ ਕੋਈ ਵਾਰਦਾਤ ਹੋਈ ਹੈ, ਦੇਖੋ ਹੁਣ ਤਾਂ ਅੱਜ ਕੱਲ੍ਹ ਦੇ ਦਿਨਾਂ 'ਚ ਸਾਰਾ ਕੁਛ ਸਾਇੰਟੀਫਿਕ ਤਰੀਕੇ ਨਾਲ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ, ਹਰ ਚੀਜ਼ ਦੀ ਲੋਕੇਸ਼ਨ ਟਰੇਸ ਹੋ ਜਾਂਦੀ ਹੈ, ਫੋਨ 'ਤੇ ਲੋਕੇਸ਼ਨ ਟਰੇਸ ਹੋ ਜਾਂਦੀ ਹੈ। ਕੋਈ ਵੀ ਬੰਦਾ ਜਿਸ ਨਾਲ ਕੋਈ ਵਾਕਿਆ ਹੁੰਦਾ ਉਹਨੇ ਡਰ ਹੋ ਕੇ ਬਿਨਾਂ ਕਿਸੇ ਦਬਾਅ ਦੇ ਪੁਲਿਸ ਨੂੰ ਇਨਫਾਰਮ ਕਰੇ, ਮਾਨਯੋਗ ਅਦਾਲਤ ਕੋਲ ਆਪਣਾ ਕੇਸ ਰੱਖੇ। ਮਾਨਯੋਗ ਅਦਾਲਤ ਹਰ ਕੇਸ ਦੀ ਸੁਣਵਾਈ ਕਰਦੀ ਹੈ ਕਾਨੂੰਨ ਦੇ ਮੁਤਾਬਕ, ਸਿਰਫ ਇਹ ਮਦਈ ਦੀ ਡਿਊਟੀ ਵੀ ਹੈ ਕਿ ਕਮ ਸੇ ਕਮ ਰਿਪੋਰਟ ਤਾਂ ਕਰੇ।
ਫਿਰ ਉਸ ਤੋਂ ਪੁਲਿਸ ਡਿਊਟੀ ਹੈ ਉਸ ਚੀਜ਼ ਨੂੰ ਇਨਵੈਸਟੀਗੇਟ ਕਰੇ। ਤੋ ਇਹ ਇੱਕ ਕੜੀ ਬਣਦੀ ਹੈ, ਜਿਹੜੀ ਕੋਈ ਵੀ ਕ੍ਰਿਮੀਨਲ ਕੇਸ ਹੁੰਦਾ ਉਹ ਇੱਕ ਕੜੀ ਬਣਦੀ ਹੈ। ਕੜੀ ਨੂੰ ਜੋੜਨ ਵਾਸਤੇ ਇੱਕ ਧਾਗਾ ਤਾਂ ਪਰਾਉਣਾ ਹੀ ਪਏਗਾ, ਧਾਗੇ ਦੇ ਮੋਤੀ ਪਰਾਉਣ ਵਾਸਤੇ ਮਦਈ ਦਾ ਪਹਿਲੇ ਹੋਣਾ ਬਹੁਤ ਜ਼ਰੂਰੀ ਹੈ। ਅਤੇ ਮਦਈ ਕਿਸੇ ਚੀਜ਼ ਨੂੰ ਪੁਲਿਸ ਨੂੰ ਰਿਪੋਰਟ ਕਰੇਗਾ, ਉਸ ਤੋਂ ਬਾਅਦ ਪੁਲਿਸ ਉਸ ਚੀਜ਼ ਨੂੰ ਇਨਵੈਸਟੀਗੇਟ ਕਰੇਗੀ, ਤਾਂ ਹਰ ਕੇਸ ਦੀ ਸਜ਼ਾ ਹੋਏਗੀ। ਇਹ ਨਹੀਂ ਕਿ ਬਚ ਜਾਵੇ ਕੋਈ ਮੁੰਡਾ।